ਕਾਫੀ ਸਾਰੇ ਕਲਰ ਦੇ ਵਿੱਚ ਆਪਾਂ ਨੂੰ ਸੋਫੇ ਮਿਲ ਜਾਣਗੇ, ਤੁਸੀਂ ਦੇਖ ਸਕਦੇ ਹੋ ਪ੍ਰੀਮੀਅਮ ਲੁੱਕ ਦੇ ਸੋਫੇ ਪਏ ਨੇ। ਆਹ ਸੋਫਾ ਦੇਖ ਸਕਦੇ ਹੋ ਤੁਸੀਂ, ਲੈਦਰ ਸਵੈਟ ਦੇ ਵਿੱਚ ਸੋਫਾ ਪਿਆ ਆਪਣੇ ਕੋਲ, ਇਹ ਵੀ ਵਧੀਆ ਕੁਆਲਿਟੀ ਦੇ ਵਿੱਚ ਆ। ਅਤੇ ਆਹ ਸੋਫਾ ਤੁਹਾਨੂੰ ਦਿਖਾਉਣ ਲਈ ਲੈ ਕੇ ਆਏ ਹਾਂ। ਆਹ ਸੋਫਾ ਦੇਖੋ, ਪਹਿਲਾਂ ਕਲਰ ਦੀ ਗੱਲ ਕਰੀਏ, ਕਲਰ ਕਿਆ ਬਾਤਾਂ ਨੇ, ਕਲਰ ਕੰਬੀਨੇਸ਼ਨ ਮੈਂ ਕਹਿੰਦਾ ਬਈ ਜਿੰਨੀ ਤਾਰੀਫ ਕਰਾਂ ਉਨੀ ਘੱਟ ਆ। ਜੇ ਤੁਹਾਡੇ ਘਰ ਦੇ ਵਿੱਚ ਇਹ ਸੋਫਾ ਲੱਗਿਆ ਹੋਣਾ ਤੁਹਾਡੇ ਘਰ ਨੂੰ ਚਾਰ ਚੰਨ ਲੱਗ ਜਾਣਗੇ। ਜੇ ਆਪਾਂ ਗੱਲ ਕਰੀਏ ਵੀ ਪਿੱਛੇ ਕੋਈ ਵੀ ਦੀਵਾਰ ਹੋਵੇ, ਚਾਹੇ ਵਾਈਟ ਕਲਰ ਦੀ ਹੋਵੇ, ਕੋਈ ਮਰਜ਼ੀ ਕਲਰ ਦੀ ਹੋਵੇ, ਇਹ ਕਲਰ ਬਹੁਤ ਉੱਠੂਗਾ ਤੁਹਾਡੀ ਦੀਵਾਰ 'ਤੇ। ਉਸ ਤੋਂ ਬਾਅਦ ਜੇ ਆਪਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਆਪਾਂ ਪਿੱਲੋ 'ਤੇ ਆਉਂਦੇ ਹਾਂ ਵੀ ਆਪਾਂ ਨੂੰ ਪਿੱਲੋ ਇਹਦੇ ਵਿੱਚ 7 ਪਿੱਲੋ ਮਿਲ ਜਾਣਗੇ ਬੈਸਟ ਕੁਆਲਿਟੀ ਦੇ ਵਿੱਚ। ਇਹ ਨਹੀਂ ਹੈਗਾ ਵੀ ਤੁਹਾਡੀ ਧੂਹੀ ਆ ਜਿਹੜੀ ਉਹ ਦੁਖਣ ਲੱਗ ਜੂਗੀ, ਬਹਿ ਕੇ ਆਕੜ ਜੂਗੀ, ਪੂਰਾ ਆਰਾਮ ਮਿਲਦਾ। ਜੇ ਆਪਾਂ ਬਹਿ ਕੇ ਵੀ ਦਿਖਾਵਾਂ ਮੈਂ, ਕਿਆ ਬਾਤਾਂ ਨੇ ਜੀ, ਜਮਾਂ ਇਹ ਨਹੀਂ ਹੈਗਾ ਜਿਵੇਂ ਹੁਣ ਵਧੀਆ। ਹੁਣ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਵੀ ਅੱਗੇ ਪਿੱਛੇ ਵੀ ਚੰਗੀ ਤਰ੍ਹਾਂ ਹੋ ਰਿਹਾ, ਵੀ ਮਾੜੀ ਕੁਆਲਿਟੀ ਦੇ ਵਿੱਚ ਨਹੀਂ ਤੁਹਾਨੂੰ ਮਿਲਣਾ। ਉਸ ਤੋਂ ਬਾਅਦ ਜੇ ਆਪਾਂ ਸਿਟਿੰਗ ਦੀ ਗੱਲ ਕਰੀਏ, 11 ਸੀਟਰ ਸੋਫਾ ਸੈਟੀਆਂ ਨੂੰ ਲਾ ਕੇ, ਅਤੇ ਸੈਟੀਆਂ ਵੀ ਛੋਟੀਆਂ ਮੋਟੀਆਂ ਨਹੀਂ ਹੈਗੀਆਂ, ਇਹ ਗੱਲ ਨਹੀਂ ਹੈਗੀ। ਜਿਵੇਂ ਹੈਵੀ ਤੋਂ ਹੈਵੀ ਬੰਦਾ ਵੀ ਇਹਦੇ ਵਿੱਚ 2 ਜਣੇ ਨੋਰਮਲੀ ਬਹਿ ਸਕਦੇ ਨੇ, ਕੋਈ ਸਿਟਿੰਗ ਦੇ ਵਿੱਚ ਔਖਾ ਨਹੀਂ ਹੋਊਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਿਜ਼ਾਈਨ ਦੀ, ਡਿਜ਼ਾਈਨ ਆਪਾਂ ਨੂੰ ਬਹੁਤ ਵਧੀਆ ਮਿਲ ਜਾਂਦਾ। ਡਿਜ਼ਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਸ ਦੇ ਉੱਪਰ ਆਪਾਂ ਤੁਹਾਨੂੰ ਸ਼ੀਸ਼ਾ ਵੀ ਨਾਲ ਦੇਵਾਂਗੇ। ਅਤੇ ਡਿਜ਼ਾਈਨ ਜਿਵੇਂ ਨੋਰਮਲ ਆਪਾਂ ਹਰੇਕ ਦੇ ਵਿੱਚ ਰੱਖਦੇ ਹਾਂ, ਬਟ ਇਸ ਦੇ ਵਿੱਚ ਥੋੜ੍ਹੇ ਥੋੜ੍ਹੇ ਆਪਾਂ ਚੇਂਜਸ ਰੱਖੇ ਨੇ। ਜਿਵੇਂ ਤੁਸੀਂ ਦੇਖ ਸਕਦੇ ਹੋ ਸੈਡੀ ਦੇ ਵਿੱਚ ਆਪਾਂ ਇਹਦੇ ਵਿੱਚ ਵੀ ਕਲਰ ਕੰਬੀਨੇਸ਼ਨ ਇੱਕ ਹਿਸਾਬ ਦਿੱਤਾ ਹੋਇਆ ਜਿਹੜਾ ਕਿ 4 ਚੰਨ ਲਾ ਦਿੰਦਾ ਸੈਟੀ ਨੂੰ। ਉਸ ਤੋਂ ਬਾਅਦ ਵੀ ਜਿਹੜੀ ਇਹ ਤੁਹਾਡੇ ਘਰ ਸੋਫਾ ਪਿਆ ਵੀ ਨੋਰਮਲ ਨਹੀਂ ਲੱਗਣਾ, ਅਗਲਾ ਪੁੱਛੂਗਾ ਵੀ ਕਿੱਥੋਂ ਲੈ ਕੇ ਆਏ ਹੋ, ਕੀ ਪ੍ਰਾਈਜ਼ ਦੇ ਵਿੱਚ ਲੈ ਕੇ ਆਏ ਹੋ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਬਰਨਾਲਾ ਵੁੱਡਸ ਹਮੇਸ਼ਾ ਕੁਆਲਿਟੀ ਅਤੇ ਪ੍ਰਾਈਜ਼ ਨੂੰ ਲੈ ਕੇ ਜਾਣਾ ਜਾਂਦਾ। ਬਹੁਤ ਵਧੀਆ ਪ੍ਰਾਈਜ਼ ਦੇ ਵਿੱਚ ਤੁਹਾਨੂੰ ਇਹ ਸੋਫਾ ਮਿਲ ਜੂਗਾ, ਬਹੁਤ ਵਧੀਆ ਕੁਆਲਿਟੀ ਮਿਲ ਜੂਗੀ। ਉਸ ਤੋਂ ਬਾਅਦ ਕੁਆਲਿਟੀ ਦੀ ਜੇ ਗੱਲ ਕਰੀਏ, ਅਤੇ ਪੈਰ ਆਪਾਂ ਨੂੰ ਪੂਰੇ ਮਜ਼ਬੂਤ ਮਿਲ ਜਾਣਗੇ ਇਹਦੇ ਵਿੱਚ। ਇਹ ਨਹੀਂ ਹੈਗਾ ਵੀ ਮਾੜੇ ਧੀਲੇ ਪੈਰ ਮਿਲਣਗੇ, ਵੀ ਆਪਣਾ ਜਿਹੜਾ ਸੋਫਾ ਉਹ ਦੱਬ ਜੂਗਾ ਥੱਲੇ। ਉਸ ਤੋਂ ਬਾਅਦ ਜੇ ਆਪਾਂ ਉਸ ਫੋਮ ਦੀ ਗੱਲ ਕਰੀਏ, ਚਾਈਨੀ ਡੈਸਟੀ ਦੀ ਇਹਦੇ ਵਿੱਚ ਫੋਮ ਯੂਜ਼ ਕੀਤੀ ਗਈ ਆ, ਜਿਹੜੀ ਕਿ ਬਹੁਤ ਵਧੀਆ ਹੁੰਦੀ ਹੈਗੀ। ਮਾੜੀ ਕੁਆਲਿਟੀ ਦੇ ਵਿੱਚ ਵੀ ਕਈ ਯੂਜ਼ ਕਰ ਲੈਂਦੇ ਨੇ, ਬਟ ਆਪਾਂ ਪ੍ਰਾਈਜ਼ ਵੀ ਘੱਟ ਹੁੰਦਾ ਅਤੇ ਜਿਹੜੀ ਕੁਆਲਿਟੀ ਆ ਉਹ ਵੀ ਵਧੀਆ ਹੁੰਦੀ ਹੈਗੀ। ਅਤੇ ਇਹ ਸੋਫਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਤੇ ਉਸ ਦੇ ਨਾਲ ਨਾਲ ਆਪਣੇ ਕੋਲ ਹੋਰ ਵੀ ਕਈ ਸੋਫੇ ਪਏ ਨੇ, ਅਤੇ ਤੁਹਾਨੂੰ ਉਹ ਵੀ ਸੋਫੇ ਦਿਖਾਉਣੇ ਆ। ਅਤੇ ਮੇਨ ਜਿਹੜੀ ਗੱਲ ਆ ਉਹ ਇਹ ਆ, ਜੇਕਰ ਤੁਸੀਂ ਸੋਫੇ ਨੂੰ ਆਰਡਰ ਕਰਦੇ ਹੋ ਤਾਂ ਤੁਹਾਡੇ ਘਰ ਤੱਕ ਵੀ ਅਸੀਂ ਡਿਲੀਵਰ ਕਰ ਦਾਂਗੇ, ਸਾਡੇ ਕੋਲ ਡਿਲੀਵਰੀ ਦੀ ਸੁਵਿਧਾ ਹੈਗੀ ਆ। ਡਿਲੀਵਰੀ ਜਿਵੇਂ ਤੁਸੀਂ ਆਹ ਸੋਫਾ ਦੇਖ ਸਕਦੇ ਹੋ, ਇਹ ਸੋਫੇ ਨੂੰ ਦੇਖੋ, ਇਹ ਸੋਫਾ ਪੈਕ ਕਰ ਦਿੱਤਾ ਗਿਆ, ਇਹ ਕਸਟਮਰ ਨੇ ਸਾਨੂੰ ਆਰਡਰ ਕਰਿਆ ਸੀਗਾ ਅਤੇ ਇਹ ਕਸਟਮਾਈਜ਼ ਕਰਵਾਇਆ ਸੀ। ਕਸਟਮਰ ਨੇ ਸਾਨੂੰ ਫੋਟੋ ਭੇਜੀ ਸੀਗੀ, ਉਸ ਦੀ ਅਸੀਂ ਸੋਫਾ ਤਿਆਰ ਕੀਤਾ ਗਾ, ਅਤੇ ਉਸ ਤੋਂ ਬਾਅਦ ਹੁਣ ਇਹ ਡਿਲੀਵਰ ਹੋਣ ਜਾ ਰਿਹਾ। ਅਤੇ ਇੱਕ ਤੁਹਾਨੂੰ ਸੋਫਾ ਹੋਰ ਦਿਖਾਉਣੇਗੇ, ਉਹ ਸੋਫੇ ਦੀ ਕੁਆਲਿਟੀ ਵੀ ਗੁੱਡ ਆ ਅਤੇ ਪ੍ਰਾਈਜ਼ ਵੀ ਬਹੁਤ ਵਧੀਆ, ਜੈਨੂਇਨ ਪ੍ਰਾਈਜ਼ ਦਾ। ਅਤੇ ਉਸ ਤੋਂ ਬਾਅਦ ਸਾਨੂੰ ਕਸਟਮਰ ਨੇ ਫੋਟੋ ਭੇਜੀ ਸੀਗੀ, ਅਤੇ ਉਸ ਦੇ ਦੇਖ ਕੇ ਅਸੀਂ ਜਿਹੜਾ ਸੋਫਾ ਸੀ ਉਹ ਤਿਆਰ ਕੀਤਾ ਸੀ। ਉਹ ਸੋਫਾ ਤੁਹਾਨੂੰ ਦਿਖਾਉਣੇ ਆ ਜਾਓ, ਆਹ ਸੋਫਾ ਦੇਖੋ, ਆਹ ਸੋਫਾ ਦਿਖਾਉਣ ਲੈ ਕੇ ਆਇਆ ਤੁਹਾਨੂੰ ਮੈਂ, ਬਹੁਤ ਵਧੀਆ ਕੁਆਲਿਟੀ ਆ ਅਤੇ ਲੁੱਕ ਦੀ ਤਾਂ ਕਿਆ ਬਾਤਾਂ ਨੇ। ਅਤੇ ਆਪਾਂ ਕੱਪੜੇ ਦੀ ਗੱਲ ਕਰੀਏ, ਕੱਪੜਾ ਬਹੁਤ ਵਧੀਆ ਯੂਜ਼ ਕੀਤਾ ਗਿਆ ਗਾ, ਐਮ ਦੁੱਧ ਅਤੇ ਮਲਾਈ ਵਾਲੀ ਗੱਲ ਆ। ਅਤੇ ਬਾਕੀ ਰਹੀ ਗੱਲ ਔਡਰ ਦੀ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਔਡਰ ਕਰ ਸਕਦੇ ਹੋ। ਔਡਰ ਕਰਨਾ ਵੀ ਬਹੁਤ ਸੌਖਾ, ਕੋਈ ਆਪਾਂ ਫੋਰਮ ਨਹੀਂ ਭਰਨੇ ਵੀ ਆਪਾਂ ਬਾਹਲੇ ਵੱਡੇ ਫੋਰਮ ਭਰਨੇ ਪੈਣਗੇ, ਤੁਸੀਂ ਸਿੰਪਲੀ ਘਰ ਬੈਠੇ ਕਾਲ ਕਰਨੀ ਆ ਜਾਂ ਸਾਨੂੰ ਮੈਸੇਜ ਕਰਨਾ, ਤੁਹਾਡਾ ਜਿਹੜਾ ਔਡਰ ਹੈਗਾ ਤੁਸੀਂ ਜਿਹੜਾ ਵੀ ਫਰਨੀਚਰ ਚਾਹੁੰਦੇ ਹੋ ਤੁਹਾਡੇ ਹਿਸਾਬ ਨਾਲ ਬਣਾਇਆ ਜਾਊਗਾ, ਵਧੀਆ ਕੁਆਲਿਟੀ ਯੂਜ਼ ਕੀਤੀ ਜਾਊਗੀ। ਇਹ ਨਹੀਂ ਹੈਗਾ ਵਿੱਚੋਂ ਕੋਈ ਹੀਰਾ ਫੇਰੀ ਵਾਲੀ ਗੱਲ ਹੋਜੂਗੀ, ਪੂਰਾ ਭਰੋਸਾ ਰੱਖ ਸਕਦੇ ਹੋ ਤੁਸੀਂ ਸਾਡੇ ਉੱਤੇ। ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98042 42042 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਬਰਨਾਲਾ ਵੁੱਡਸ ਪੇਜ 'ਤੇ ਵਿਜ਼ਿਟ ਕਰ ਸਕਦੇ ਹੋ।